These fencers are preparing as members of the American Olympic fencing team for the international games. 1948 ਦੇ 올림픽 ਲਈ ਤਲਵਾਰਬਾਜ਼ੀ ਜਾਂ ਫੈਂਸਿੰਗ ਦੀ ਪ੍ਰੈਕਟਿਸ ਕਰਦੀ ਅਮਰੀਕੀ ਟੀਮ। ਫੁੱਟਵਰਕ, ਬੈਲੈਂਸ ਤੇ ਕੋਆਰਡੀਨੇਸ਼ਨ ਦਾ ਵਿਲੱਖਣ ਮੇਲ ਹੈ ਫੈਂਸਿੰਗ। ਔਰਤਾਂ ਵੀ 1920 ਦੇ ਦਹਾਕੇ ਤੋਂ ਹੀ ਫੈਂਸਿੰਗ ਕਰਦੀਆਂ ਆਈਆਂ ਹਨ। ਪਰ ਭਾਰਤ ਦਾ ਕੋਈ ਵੀ ਖਿਡਾਰੀ ਅੱਜ ਤੱਕ ਫੈਂਸਿੰਗ ਵਿੱਚ 올림픽 ਮੈਡਲ ਲਿਆਣਾ ਤਾਂ ਦੂਰ, ਕੁਆਲੀਫਾਈ ਤੱਕ ਵੀ ਨਹੀਂ ਕਰ ਸਕਿਆ ਹੈ। ਪਰ ਹੁਣ ਇਹ ਬਦਲਣ ਵਾਲਾ ਹੈ। ਸਤਾਈ ਸਾਲ ਦੀ ਭਵਾਨੀ ਦੇਵੀ ਪਹਿਲੀ ਭਾਰਤੀ ਪਲੇਅਰ ਹੈ ਜਿਨ੍ਹਾਂ ਨੇ ਤਲਵਾਰਬਾਜ਼ੀ ਵਿੱਚ ਹੁਣ ਤੱਕ ਦੇ ਕਿਸੇ ਵੀ 올림픽 ਵਿੱਚ ਕੁਆਲੀਫਾਈ ਕੀਤਾ ਹੈ। ਇੱਕ ਏਦਾਂ ਦੇ ਦੇਸ਼ ਵਿੱਚ ਜਿੱਥੇ ਫੈਂਸਿੰਗ ਨੂੰ ਲੈ ਕੇ ਕੋਈ ਖਾਸ ਸਮਝ ਜਾਂ ਇਨਫਰਾਸਟ੍ਰਕਚਰ ਨਹੀਂ ਸੀ, ਭਵਾਨੀ ਲਈ ਤਲਵਾਰਬਾਜ਼ੀ ਨੂੰ ਕਰੀਅਰ ਬਣਾਉਣਾ ਆਸਾਨ ਨਹੀਂ ਸੀ, ਖਾਸ ਕਰ ਇੱਕ ਖਿਡਾਰਨ ਹੋਣ ਦੇ ਨਾਤੇ। What I have faced in my life is, you know, sometimes ਕਦੇ-ਕਦੇ ਤਾਂ ਮਰਦਾਂ ਨੂੰ ਵੀ ਸਫਲਤਾ ਹਾਸਲ ਕਰਨ ਦੇ ਵਿੱਚ ਸਮਾਂ ਲੱਗਦਾ ਹੈ, ਪਰ ਅਸੀਂ ਉਹਨਾਂ ਨੂੰ ਮੌਕਾ ਤੇ ਟਾਈਮ ਦੇਣ ਨੂੰ ਤਿਆਰ ਹੁੰਦੇ ਹਾਂ। ਪਰ ਜੇਕਰ ਇੱਕ ਔਰਤ ਆਪਣੇ ਟੀਚੇ ਤੇ ਪਹੁੰਚਣ ਦੇ ਵਿੱਚ ਸਮਾਂ ਲਗਾਉਂਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਤੂੰ ਛੱਡ ਕਿਉਂ ਨਹੀਂ ਦਿੰਦੀ, ਖਾਸ ਕਰ ਸਪੋਰਟਸ ਦੇ ਵਿੱਚ। ਮੈਨੂੰ ਵੀ ਸ਼ੁਰੂ ਦੇ ਵਿੱਚ ਫੈਂਸਿੰਗ 'ਚ ਕਾਮਯਾਬੀ ਨਹੀਂ ਮਿਲੀ। ਰਿਓ 올림픽 ਦੇ ਵਿੱਚ ਵੀ ਮੈਂ ਕੁਆਲੀਫਾਈ ਨਹੀਂ ਕਰ ਪਾਈ ਸੀ। ਤਦ ਲੋਕਾਂ ਨੇ ਕਿਹਾ ਕਿ ਤੂੰ ਕੁਝ ਹੋਰ ਕਿਉਂ ਨਹੀਂ ਕਰ ਲੈਂਦੀ, ਤੈਨੂੰ ਤਾਂ ਕਾਫੀ ਵਕਤ ਲੱਗ ਰਿਹਾ। ਭਵਾਨੀ ਤਮਿਲਨਾਡੂ ਦੇ ਇੱਕ ਆਮ ਜਿਹੇ ਪਰਿਵਾਰ ਤੋਂ ਆਉਂਦੀ ਹੈ। ਬਚਪਨ ਤੋਂ ਹੀ ਤਲਵਾਰਬਾਜ਼ੀ ਕਰਨ ਵਾਲੀ ਭਵਾਨੀ ਨੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਆਪਣੇ ਇਰਾਦੇ ਤਾਂ ਜ਼ਾਹਰ ਕਰ ਹੀ ਦਿੱਤੇ ਸਨ, ਪਰ ਹੁਣ ਉਹਨਾਂ ਦਾ ਅਸਲ ਸੁਪਨਾ 올림픽 ਹੈ। Yes, it's my first Olympics. Olympic ਦੇ ਵਿੱਚ ਫੈਂਸਿੰਗ 'ਚ ਭਾਰਤ ਦੀ ਇਹ ਪਹਿਲੀ ਵਾਰੀ ਹੈ। ਇਹ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ ਅਤੇ ਖਾਸ ਹੈ। ਮੈਂ ਹਮੇਸ਼ਾ ਤੋਂ ਹੀ 올림픽 ਦੇ ਵਿੱਚ ਖੇਡਣਾ ਚਾਹੁੰਦੀ ਸੀ ਅਤੇ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ। Very special. ਇਸ ਤਲਵਾਰ ਦੀ ਧਾਰ ਦੀ ਤਰ੍ਹਾਂ ਹੀ ਤੇਜ਼ ਭਵਾਨੀ ਟੋਕੀਓ 올림픽 ਤੱਕ ਤਾਂ ਪਹੁੰਚ ਹੀ ਗਈ ਹੈ। 올림픽 ਵਿੱਚ ਰਿਜ਼ਲਟ ਭਾਵੇਂ ਕੁਝ ਵੀ ਹੋਵੇ, ਇਤਿਹਾਸ ਤਾਂ ਭਵਾਨੀ ਜ਼ਰੂਰ ਹੀ ਬਣਾਏਗੀ। ਵੰਦਨਾ, BBC News, ਦਿੱਲੀ।